ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਰਾਹੀਂ ਪੀਐਸਪੀਸੀਐਲ ਵੱਲੋਂ ਅਪ੍ਰੈਂਟਿਸਸ਼ਿਪ ਲਾਈਨਮੈਂਟ ਟ੍ਰੇਡ ਦੇ ਵਿੱਚ ਜਿਹੜੇ 1500 ਉਮੀਦਵਾਰਾਂ ਦੀ ਸਿਲੈਕਸ਼ਨ ਕੀਤੀ ਗਈ ਹੈ ਔਰ ਜਿਹੜੇ ਉਮੀਦਵਾਰ 25 ਸਤੰਬਰ 2023 ਨੂੰ ਜੁਆਇਨ ਕਰਨ ਜਾ ਰਹੇ ਉਹਨਾਂ ਦੇ ਲਈ ਜਿਹੜਾ ਮਾਡਲ ਕੰਟਰੈਕਟ ਹੈ ਜਿਹੜਾ ਕੰਟਰੈਕਟ ਜਨਰੇਟ ਕੀਤਾ ਗਿਆ ਹੈ ਪੀਐਸਪੀਸੀਐਲ ਦੇ ਵੱਲੋਂ ਜਾਂ ਅਪ੍ਰੈਂਟਿਸਸ਼ਿਪ ਇੰਡੀਆ ਪੋਰਟਲ ਦੇ ਵੱਲੋਂ ਉਹ ਮਾਡਲ ਕੰਟਰੈਕਟ ਉਸ ਨੂੰ ਬੋਲਦੇ ਆ ਜਿਹੜੀ ਤੁਹਾਨੂੰ PDF ਕਾਪੀ ਮਿਲੀ ਹੈ ਉਹਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਉਹ ਮੁਢਲੀ ਜਾਣਕਾਰੀ ਮਿਲੇਗੀ ਮੁਢਲੀ ਜਾਣਕਾਰੀ ਤੋਂ ਇਲਾਵਾ ਮਾਡਲ ਕੰਟਰੈਕਟ ਦੇ ਵਿੱਚ ਕੀ ਕੁਝ ਲਿਖਿਆ ਹੈ ਕਿਹੜੀ ਕਿਹੜੀ ਡਿਟੇਲਸ ਆ ਜਿਹੜੀਆਂ ਉਹਦੇ ਵਿੱਚ ਤੁਹਾਨੂੰ ਲਿਖੀਆਂ ਮਿਲਣਗੀਆਂ ਔਰ ਪੂਰਾ ਸਮਝਾਵਾਂਗੇ ਤੁਹਾਨੂੰ ਕਿ ਕੀ ਕੁਝ ਹੈ ਜਿਹੜਾ 5 ਪੇजेस ਦਾ ਤੁਹਾਨੂੰ ਮਾਡਲ ਕੰਟਰੈਕਟ ਪੀਡੀਐਫ ਕਾਪੀ ਤੁਹਾਡੀ ਈਮੇਲ ਦੇ ਜ਼ਰੀਏ ਮਿਲੀ ਹੈ ਜਾਂ ਤੁਹਾਨੂੰ ਤੁਸੀਂ ਅਪਰੈਂਟਸਿਪ ਇੰਡੀਆ ਪੋਰਟਲ ਤੋਂ ਡਾਊਨਲੋਡ ਕੀਤੀ ਹੈ ਤੁਹਾਡੇ ਡੈਸ਼ਬੋਰਡ ਤੋਂ ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ ਤੋ ਤੁਹਾਨੂੰ ਪਤਾ ਹੈ ਕਿ ਪੀਐਸਪੀਸੀਐਲ ਦੇ ਵੱਲੋਂ ਸੈਸ਼ਨ 23 ਲਈ ਲਾਈਨਮੈਂਟ ਟ੍ਰੇਡ ਵਿੱਚ ਅਪਰੈਂਟਸ਼ਿਪ ਲਈ 1500 ਉਮੀਦਵਾਰਾਂ ਦੀ ਜਿਹੜੀ ਚੋਣ ਦੀ ਪ੍ਰਕਿਰਿਆ ਉਹ ਲਗਭਗ ਪੂਰੀ ਹੋ ਚੁੱਕੀ ਹੈ ਹੁਣ ਪੀਐਸਪੀਸੀਐਲ ਦੇ ਵੱਲੋਂ ਕੰਟਰੈਕਟ ਜਿਹੜਾ ਜਾਰੀ ਕੀਤਾ ਜਾ ਰਿਹਾ ਔਰ ਕੈਂਡੀਡੇਟਸ ਵੱਲੋਂ ਕੰਟਰੈਕਟ ਜਿਹੜਾ ਅਸੈਪਟ ਕਰਨ ਤੋਂ ਬਾਅਦ ਜਿਹੜੀ ਅਪਰੂਵ ਜਿਹੜੀ ਹੋ ਜਾਣੀ ਹੈ ਪੀਐਸਪੀਸੀਐਲ ਦੇ ਵੱਲੋਂ ਔਰ ਤੁਹਾਡੀ ਅਪਰੈਂਟਸ਼ਿਪ ਹੈ ਜਿਹੜੀ 25 ਸਤੰਬਰ 2023 ਤੋਂ ਸ਼ੁਰੂ ਹੋ ਜਾਵੇਗੀ ਜਿਹੜੀ ਕਿ 24 ਸਤੰਬਰ 2024 ਤੱਕ ਜਾਰੀ ਰਹੇਗੀ 1 ਸਾਲ ਦੀ ਜਿਹੜੀ ਅ ਸੋ ਤੁਹਾਨੂੰ ਮਾਡਲ ਕੰਟਰੈਕਟ ਦੇ ਕੰਟੈਂਟਸ ਕੀ ਹੈ ਮਾਡਲ ਕੰਟਰੈਕਟ ਦੇ ਵਿੱਚ ਪੀਡੀਐਫ ਕਾਪੀ ਦੇ ਵਿੱਚ ਲਿਖਿਆ ਕੀ ਕੋਈ ਹੈ ਔਰ ਤੁਸੀ ਕੀ ਧਿਆਨ ਰੱਖਣਾ ਹੈ ਕਿਹੜੀਆਂ ਤੁਹਾਡੇ ਲਈ ਇੰਪੋਰਟੈਂਟ ਗੱਲਾਂ ਨੇ ਉਹ ਸਾਰੀਆਂ ਸਟੈਪ ਵਾਈਜ਼ ਇੱਕ ਇੱਕ ਕਰਕੇ ਤੁਹਾਨੂੰ ਸਮਝਾਉਣੇ ਆ ਪੰਜ ਪੇजेस ਦਾ ਇਹ ਪੂਰਾ ਜਿਹੜਾ ਹੈ ਮਾਡਲ ਕੰਟਰੈਕਟ ਹੈ ਸੋ ਤੁਹਾਨੂੰ ਪੁਆਇੰਟ ਵਾਈਜ਼ ਇੱਕ ਇੱਕ ਪੁਆਇੰਟ ਸਟਾਰਟਿੰਗ ਪੁਆਇੰਟ ਤੋਂ ਉਹ ਦੱਸ ਰਹੇ ਆ ਸਭ ਤੋਂ ਉੱਪਰ ਤੁਹਾਡਾ ਇੱਥੇ ਆਈਡੀ ਲਿਖੀ ਹੋਏਗੀ ਤੁਹਾਡਾ ਕੋਡ ਲਿਖਿਆ ਹੋਏਗਾ ਜਿਹੜਾ ਕਿ ਮੈਂ ਹਾਈਡ ਕੀਤਾ ਸੋ ਨੀਚੇ ਮਾਡਲ ਕੰਟਰੈਕਟ ਆਫ ਅਪ੍ਰੈਂਟਸਿਪ ਟ੍ਰੇਨਿੰ apprenticeship training ਦਾ ਮਾਡਲ ਕੰਟਰੈਕਟ ਹੈ ਫॉर ਮੇਜਰ/ਮਾਈਨਰ apprentices ਜਿਹੜੇ ਕਿ ਮੇਜਰ ਜਾਂ ਮਾਈਨਰ apprentices ਨੇ ਜਿਹੜੇ ਸਿਖਿਆਰਥੀ ਨੇ ਮੇਜਰ ਨੇ ਚਾਹੇ ਮਾਈਨਰ ਨੇ 18 ਸਾਲ ਜਾਂ 18 ਸਾਲ ਤੋਂ ਘੱਟ ਨੇ ਉਹਨਾਂ ਦੇ ਲਈ ਮਾਡਲ ਕੰਟਰੈਕਟ ਜਿਹੜਾ ਹੈ ਉਹ apprenticeship ਦਾ ਇਹ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਫਸਟ ਪੁਆਇੰਟ ਦੇ ਉੱਪਰ ਤੁਹਾਡਾ ਨੇਮ ਐਂਡ ਰਜਿਸਟਰਡ ਐਡਰੈਸ ਆਫ ਐਸਟੈਬਲਿਸ਼ਮੈਂਟ ਵਿਦ ਟੈਲੀਫੋਨ ਨੰਬਰ ਐਂਡ ਈਮੇਲ ਐਡਰੈਸ ਜਿਹੜੇ ਸੰਸਥਾ ਦੇ ਵਿੱਚ ਜਿਹੜੇ ਦਫ਼ਤਰ ਦੇ ਵਿੱਚ ਤੁਸੀਂ ਆਪਣੀ ਟ੍ਰੇਨਿੰਗ ਹੈ ਜਿਹੜੀ ਉਹ ਲਗਵਾ ਰਹੇ ਹੋ ਜਿਹੜੀ ਅਪ੍ਰੈਂਟਿਸਿਪ ਲਗਵਾ ਰਹੇ ਹੋ ਉਹਦਾ ਪੂਰਾ ਐਡਰੈਸ ਟੈਲੀਫੋਨ ਨੰਬਰ ਤੇ ਈਮੇਲ ਆਈਡੀ ਇੱਥੇ ਤੁਹਾਨੂੰ ਮਿਲੇਗਾ ਇੱਥੇ ਲਿਖਿਆ ਹੈ ਔਰ ਸਾਈਡ ਤੇ ਤੁਹਾਡੀ ਇੱਕ ਫੋਟੋ ਲੱਗੀ ਹੋਈ ਹੈ ਉਹ ਫੋਟੋ ਮੈਂ ਹਾਈਡ ਕੀਤੀ ਇੱਥੋਂ ਦੂਸਰਾ ਪੁਆਇੰਟ ਜਿਹੜਾ ਹੈ ਉਹਦਾ ਏ ਵੀ ਪੁਆਇੰਟ ਨੇ ਨੇਮ ਆਫ ਅਪ੍ਰੈਂਟਿਸ ਬਲੌਕ ਲੈਟਰਸ ਦੇ ਵਿੱਚ ਫਾਦਰ ਮਦਰਸ ਨੇਮਸ ਸਪਸ ਹੇਮ ਤੁਹਾਡੇ ਫਾਦਰ ਸਾਹਿਬ ਦਾ ਨਾਮ ਹੈ ਜਿਹੜਾ ਉਹ ਇੱਥੇ ਹੋਏਗਾ ਤੁਹਾਡਾ ਨਾਮ ਹੋਏਗਾ ਜਿੰਨੇ ਦੀ ਟ੍ਰੇਨਿੰਗ ਲੱਗਿਆ ਐਡਰੈਸ ਆਫ ਅਪ੍ਰੈਂਟਿਸ ਤੁਹਾਡਾ ਇੱਥੇ ਪੂਰਾ ਐਡਰੈਸ ਹੋਏਗਾ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਕਰਦੇ ਸਮੇਂ ਇੱਥੇ ਦਿੱਤਾ ਸੀ ਕੈਂਡੀਡੇਟ ਦਾ ਪ੍ਰਿੰਸ ਦਾ ਜੈਂਡਰ ਮੇਲ ਜਾਂ ਫੀਮੇਲ ਇੱਥੇ ਲਿਖਿਆ ਹੋਏਗਾ ਡੇਟ ਆਫ ਬਰਥ ਤੁਹਾਡੀ ਲਿਖੀ ਹੋਏਗੀ 5ਵੇਂ ਪੁਆਇੰਟ ਦੇ ਉੱਪਰ ਔਰ 6ਵੇਂ ਪੁਆਇੰਟ ਜਿਹੜਾ ਹੈ ਤੁਹਾਡਾ ਤੁਸੀਂ ਪੀਡੀਐਫ ਕਾਪੀ ਮੇਰੇ ਖਾਲੇ ਡਾਊਨਲੋਡ ਕਰ ਲਈ ਹੋਣੀ ਹੈ ਜੇਕਰ ਡਾਊਨਲੋਡ ਨਹੀਂ ਕੀਤੀ ਤਾਂ ਉਹਦਾ ਪ੍ਰਿੰਟ ਲੈ ਕੇ ਤੁਸੀਂ ਨਾਲ ਰੱਖ ਕੇ ਇਹ ਪੁਆਇੰਟ ਇੱਕ ਇੱਕ ਸਮਝ ਸਕਦੇ ਹੋ ਛੇਵੇਂ ਪੁਆਇੰਟ ਦੇ ਵਿੱਚ ਏ ਤੇ ਬੀ ਪੁਆਇੰਟ ਹੈ ਵੈਦਰ ਬਿਲੋਂਗਸ ਟੂ ਐਸ ਸੀ ਐਸ ٹی او ਵੀ ਸੀ ਪੀ ਡਬਲਯੂ ਡੀ ਮਿਨੋਰਟੀ ਕੈਟਾਗਰੀ ਕਿਸੇ ਵੀ ਕੈਟਾਗਰੀ ਨਾਲ ਬਿਲੋਂਗ ਕਰਦੇ ਤਾਂ ਇੱਥੇ ਜੈਸ ਆ ਜਾਏਗਾ ਜੇ ਨਹੀਂ ਕੈਟਾਗਰੀ ਨਾਲ ਬਿਲੋਂਗ ਕਰਦੇ ਤਾਂ ਨੋ ਆ ਜਾਏਗਾ ਇਨ੍ਹਾਂ ਕੈਟਾਗਰੀਜ਼ ਨਾਲ ਨੇਮ ਆਫ ਦਾ ਕੈਟਾਗਰੀ ਤਾਂ ਫਿਰ ਕੈਟਾਗਰੀ ਕਿਹੜੀ ਹੈਗੇ ਪਰਟੀਕੂਲਰ ਕੈਟਾਗਰੀ ਦਾ ਨਾਮ ਇੱਥੇ ਜਨਰਲ ਆ ਜਾਏਗਾ ਜੇ ਕਿਸੇ ਕੈਂਡੀਡੇਟ ਦਾ ਕੋਈ ਕੈਟਾਗਰੀ ਰਿਜ਼ਰਵ ਕੈਟਾਗਰੀ ਹੈ ਤਾਂ ਉਹਦਾ ਨਾਮ ਇੱਥੇ ਆ 7ਵੇਂ ਪੁਆਇੰਟ ਤੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਹਾਈएस्ट ਉਚਤਮ ਜਿਹੜੀ ਤੁਹਾਡੀ ਸਿੱਖਿਆ ਹੈ ਵਿਦਿਅਕ ਯੋਗਤਾ ਹੈ ਉਹ ਇੱਥੇ ਲਿਖਿਆ ਆਈਟੀਆਈ ਐਨਸੀਵੀਟੀ ਜੇ ਤੁਹਾਡੀ ਆਈਟੀਆਈ ਐਨਸੀਵੀਟੀ ਆਈਗੀ ਲਗਭਗ 8ਵਾਂ a ਪੁਆਇੰਟ ਹੈ ਕੈਟਾਗਰੀ ਆਫ ਅਪ੍ਰੈਂਟਿਸਿਪ ਅਪ੍ਰੈਂਟਿਸਿਪ ਦੀ ਕੈਟਾਗਰੀ ਕਿਹੜੀ ਹੈ ਡੈਜ਼ਿਗਨੇਟਿਡ ਇਹਨੂੰ ਡੈਜ਼ਿਗਨੇਟਿਡ ਕੈਟਾਗਰੀ ਬੋਲਦੇ ਹਨ ਨੇਮ ਆਫ ਦਾ ਟ੍ਰੇਡ ਫਾਰ ਵਿਚ ਅਪ੍ਰੈਂਟਿਸ ਇਸ ਟ੍ਰੇਨਿੰਗ ਕਿਹੜੀ ਟ੍ਰੇਡ ਦੇ ਲਈ ਜੇ ਲਈ ਟ੍ਰੇਨਿੰਗ ਹੈ ਜਿਹੜੀ ਉਹ ਅਪ੍ਰੈਂਟਿਸਸ਼ਿਪ ਦੇ ਵੱਲੋਂ ਲਈ ਜਾ ਰਹੀ ਹੈ ਲਾਈਨਮੈਂਟ ਟ੍ਰੇਡ ਦੇ ਲਈ ਨੋਮਾ ਜਿਹੜਾ ਪੁਆਇੰਟ ਹੈ ਏ ਵੈਦਰ ਬੇਸਿਕ ਟ੍ਰੇਨਿੰਗ ਇਜ਼ ਟੂ ਬੀ ਪ੍ਰੋਵਾਈਡਡ ਐਸ ਪਾਰਟ ਆਫ ਦਾ ਅਪ੍ਰੈਂਟਿਸਸ਼ਿਪ ਕਿ ਜਿਹੜੀ ਮੋਡਲੀ ਟ੍ਰੇਨਿੰਗ ਹੈ ਮੋਡਲੀ ਜਿਹੜੀ ਸਿੱਖ ਹੈ ਟ੍ਰੇਨਿੰਗ ਹੈ ਉਹ ਦਿੱਤੀ ਜਾਣੀ ਹੈ ਇੱਕ ਹਿੱਸੇ ਦੇ ਵਜੋਂ ਅਪ੍ਰੈਂਟਿਸਸ਼ਿਪ ਦੇ ਵਜੋਂ ਨੋ ਆ ਜਾਏਗਾ ਇੱਥੇ ਇਫ ਬੇਸਿਕ ਟ੍ਰੇਨਿੰਗ ਇਜ਼ ਐਗਜ਼ੈਂਪਟਡ ਰੀਜ਼ਨ ਫਾਰ ਐਗਜ਼ੈਂਪਸ਼ਨ ਉਹ ਇੱਥੇ ਲਿਖਿਆ ਨਹੀਂ ਹੈ ਕਿ ਬੇਸਿਕ ਟ੍ਰੇਨਿੰਗ ਕਿਉਂ ਐਗਜ਼ੈਂਪਟ ਕੀਤੀ ਜਾ ਰਹੀ ਹੈ ਕਿਉਂਕਿ ਡੈਜ਼ਿਗਨੇਟਿਡ ਟਰੇਡ ਹੈ ਆਈਟੀਆਈ ਪਾਸਰਸ ਲਈ ਮੋਡਿਲੀ ਟ੍ਰੇਨਿੰਗ ਦੀ ਇੱਥੇ ਚ ਜ਼ਿਆਦਾ ਜ਼ਰੂਰਤ ਨਹੀਂ ਹੋਣੀ ਹੈ ਇਸ ਲਈ ਐਸ ਪਰ ਰੂਲ ਇੱਥੇ ਨੋ ਲਿਖਿਆ ਗਿਆ ਅੱਗੇ ਜਿਹੜਾ ਹੈ 9th ਪੁਆਇੰਟ ਵੈਦਰ a b ਪੁਆਇੰਟ ਹੈ ਜਿਹੜਾ ਇਫ ਬੇਸਿਕ ਟ੍ਰੇਨਿੰਗ ਫਸਟ ਪੁਆਇੰਟ ਹੈ ਨੇਮ ਆਫ ਦਾ ਕੋਰਸ ਕਿਉਂ ਐਗਜ਼ੈਪਟ ਕੀਤੀ ਜਾ ਰਹੀ ਹੈ ਆਈਟੀਆਈ ਡਿਊਰੇਸ਼ਨ ਆਫ ਦਾ ਟ੍ਰੇਨਿੰਗ ਕੋਰਸ ਕਦੋਂ ਕਦੋਂ ਕੀਤੀ ਇੱਥੇ ਤੁਹਾਡੀ ਐਗਜ਼ੈਕਟ ਡੇਟ ਹੈ ਜਿਹੜੀ ਜਿਵੇਂ ਇੱਥੇ 2015 ਲਿਖਿਆ ਹੈ ਇਸ ਡੇਟ ਤੋਂ ਇਸ ਡੇਟ 2017 ਤੱਕ ਉਹ ਤੁਹਾਡੀ ਆ ਜਾਏਗੀ ਕਿ ਕਦੋਂ ਤੋਂ ਕਦੋਂ ਆਈਟੀਆਈ ਪਾਸ ਕੀਤੀ ਨੇਮ ਆਫ ਦਾ ਇੰਸਟੀਚੂਟ ਤੁਸੀਂ ਕਿਹੜੇ ਇੰਸਟੀਚੂਟ ਤੋਂ ਕਿਹੜੀ ਆਈਟੀਆਈ ਤੋਂ ਪਾਸ ਕੀਤੀ ਆਈਟੀਆਈ ਉਹ ਇੱਥੇ ਆ ਜਾਏਗਾ ਇੰਡਸਟਰੀਅਲ ਟ੍ਰੇਨਿੰਗ ਇੰਸਟੀਚੂਟ ਦਾ ਜੋ ਵੀ ਨਾਮ ਹੈ ਜਿੱਥੋਂ ਤੁਸੀਂ ਆਈਟੀਆਈ ਕੀਤੀ ਹੈ ਚੌਥਾ ਪੁਆਇੰਟ ਹੈ 9.2 ਦੇ ਅੰਡਰ ਨੇਮ ਆਫ ਦਾ ਸੈਕਟਰ ਸਕਿੱਲ ਕਾਉਂਸਲ ਇਫ ਐਪਲੀਕੇਬਲ ਜੇ ਲਾਗੂ ਹੈ ਤਾਂ ਇੱਥੇ ਤੁਹਾਡੇ ਸੈਕਟਰ ਸਕਿੱਲ ਜਾਂ ਸਕਿੱਲ ਕਾਉਂਸਲ ਦਾ ਜਿਹੜਾ ਨੇਮ ਹੈ ਉਹ ਦਿੱਤਾ ਜਾਏਗਾ ਨਹੀਂ ਲਾਗੂ ਤਾਂ not applicable ਲਿਖਿਆ 10th ਪੁਆਇੰਟ ਹੈ ਅਪ੍ਰੈਂਟਿਸhip ਟ੍ਰੇਨਿੰਗ ਡਿਊਰੇਸ਼ਨ ਕਿੰਨੀ ਡਿਊਰੇਸ਼ਨ ਹੈ ਕਿੰਨੇ ਟਾਈਮ ਦੀ ਹੋਏਗੀ ਤੁਹਾਡੀ ਅਪ੍ਰੈਂਟਿਸhip ਟ੍ਰੇਨਿੰਗ ਇੱਥੇ ਲਿਖਿਆ 3120 ਘੰਟੇ 3120 ਘੰਟੇ ਦੀ ਟ੍ਰੇਨਿੰਗ ਹੈ A ਪੁਆਇੰਟ ਜਿਹੜਾ ਹੈ ਡਿਊਰੇਸ਼ਨ ਆਫ ਬੇਸਿਕ ਟ੍ਰੇਨਿੰਗ not applicable ਬੇਸਿਕ ਟ੍ਰੇਨਿੰਗ ਨਹੀਂ ਲੱਗਣੀ ਤੁਹਾਡੀ B ਪੁਆਇੰਟ ਹੈ ਡਿਊਰੇਸ਼ਨ ਆਫ ਔਨ ਦਾ ਜੌਬ ਟ੍ਰੇਨਿੰਗ ਪੀਰੀਅਡ ਆਫ ਔਨ ਦਾ ਜੌਬ ਟ੍ਰੇਨਿੰਗ ਔਨ ਦਾ ਜੌਬ ਟ੍ਰੇਨਿੰਗ ਮੀਨਸ ਤੁਹਾਡਾ ਜਿਹੜੀ ਮੋਡਿਲੀ ਜੋ ਜਿਹੜੀ ਟ੍ਰੇਨਿੰਗ ਆ ਉਸ ਤੋਂ ਇਲਾਵਾ ਇਹਦੀ ਫੁੱਲ ਫਲਾਈਟ ਟ੍ਰੇਨਿੰਗ ਆ 30 ਵੀਕ ਅੰਤੇ ਪੀਰੀਅਡ ਆਫ ਦਾ ਔਨ ਦਾ ਜੌਬ ਟ੍ਰੇਨਿੰਗ ਔਨ ਦਾ ਜੌਬ ਟ੍ਰੇਨਿੰਗ ਦਾ ਪੀਰੀਅਡ ਕੀ ਹੋਏਗਾ ਸਮਾਂ ਕੀ ਹੋਏਗਾ 25/9/2023 ਤੋਂ 24/9/2023 ਟ੍ਰੇਨਿੰਗ ਟਾਈਪ ਕਿਹੜੀ ਹੈ ਸੀ ਪੁਆਇੰਟ ਲਿਖਿਆ ਸੀ ਸੀਕੁਐਂਸ਼ੀਅਲ ਮਤਲਬ ਲਗਾਤਾਰ ਚੱਲਣ ਵਾਲੀ ਟ੍ਰੇਨਿੰਗ ਆ ਜਿਹੜੀ ਤੁਹਾਡੀ ਬਿਨਾਂ ਕਿਸੇ ਬ੍ਰੇਕ ਤੋਂ ਸੀਕੁਐਂਸ਼ੀਅਲ ਉਹੋ ਟ੍ਰੇਨਿੰਗ ਤੁਹਾਡੀ ਕੈਟਾਗਰੀ ਹੈ ਅੱਗੇ 11ਵਾਂ ਪੁਆਇੰਟ ਹੈ apprenticeship training location ਤੁਹਾਡੀ apprenticeship ਦੀ ਜਿਹੜੀ ਟ੍ਰੇਨਿੰਗ ਲੱਗਣੀ ਹੈ ਉਹਦੀ ਲੋਕੇਸ਼ਨ ਕੀ ਹੋਏਗੀ ਉਹ ਤੁਸੀਂ ਜਿੱਥੇ ਜਿਹੜੇ ਵੀ ਸ਼ਹਿਰ ਦੇ ਵਿੱਚ ਜਿਹੜੇ ਦਫ਼ਤਰ ਦੇ ਵਿੱਚ ਟ੍ਰੇਨਿੰਗ ਤੁਹਾਡੀ ਲੱਗ ਰਹੀ ਹੈ apprenticeship ਲੱਗ ਰਹੀ ਹੈ ਉਸ ਸ਼ਹਿਰ ਕਸਬੇ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ A ਪੁਆਇੰਟ ਹੈ ਨੇਮ ਐਂਡ ਐਡਰੈਸ ਆਫ ਫੈਸਿਲਿਟੀ ਵੇਅਰ ਬੇਸਿਕ ਟ੍ਰੇਨਿੰਗ ਇਜ਼ ਟੂ ਬੀ ਪ੍ਰੋਵਾਈਡਡ ਕਿੱਥੇ ਜਿਹੜੀ ਬੇਸਿਕ ਟ੍ਰੇਨਿੰਗ ਆ ਉਹ ਦਿੱਤੀ ਜਾਣੀ ਹੈ ਉਹ ਤੁਹਾਨੂੰ ਨਹੀਂ ਦਿੱਤੀ ਜਾਣੀ ਇਸ ਲਈ ਨਾਟ ਐਪਲੀਕੇਬਲ ਹੈ B ਪੁਆਇੰਟ ਹੈ ਨੇਮ ਐਂਡ ਐਡਰੈਸ ਆਫ ਦਾ ਫੈਸਿਲਿਟੀ ਵੇਅਰ ਔਨ ਦਾ ਜੌਬ ਟ੍ਰੇਨਿੰਗ ਇਜ਼ ਟੂ ਬੀ ਪ੍ਰੋਵਾਈਡਡ ਜਿਹੜਾ ਵੀ ਆਨ ਦਾ ਜੌਬ ਟ੍ਰੇਨਿੰਗ ਤੁਹਾਡੀ ਜਿਹੜੀ ਹੈ ਮੇਨ ਟ੍ਰੇਨਿੰਗ ਆ ਉਹ ਕਿੱਥੇ ਦਿੱਤੀ ਜਾਣੀ ਉਹ ਤੁਹਾਨੂੰ ਇੱਥੇ ਐਡਰੈਸ ਤੁਹਾਡੇ ਦਫ਼ਤਰ ਦਾ ਆ ਜਾਏਗਾ ਪੀਐਸ ਪੀਸੀਐਲ ਡਿਵੀਜ਼ਨ ਅੱਗੇ ਸਿਟੀ ਦਾ ਨਾਮ ਔਰ ਪੂਰਾ ਐਡਰੈਸ ਜਿਹੜਾ ਹੈ ਇੱਥੇ ਲਿਖਿਆ ਹੋਏਗਾ ਤੁਸੀਂ ਪੜ ਸਕਦੇ ਹੋ ਆਪਣੀ ਪੀਡੀਐਫ ਕਾਪੀ ਦੇ ਵਿੱਚ ਪ੍ਰਿੰਟ ਆਊਟ ਲੈ ਕੇ ਜਾ ਵੈਸੇ ਮੋਬਾਈਲ ਵਗੈਰਾ ਤੋਂ ਜਿਹੜਾ 12ਵਾਂ ਪੁਆਇੰਟ ਹੈ ਇਹਦੇ ਵਿੱਚ ਲਿਖਿਆ ਡੇਟ ਆਫ ਐਗਜ਼ੀਕਿਊਸ਼ਨ ਆਫ ਕੰਟਰੈਕਟ ਕਿਹੜੀ ਡੇਟ ਤੋਂ ਜਿਹੜਾ ਕੰਟਰੈਕਟ ਐਗਜ਼ੀਕਿਊਟ ਹੋ ਰਿਹਾ ਇੱਥੇ ਨਾਟ ਐਪਲੀਕੇਬਲ ਲਿਖਿਆ ਹੈ ਸੈਕੰਡ ਲ ਕਿੰਨੀ ਏਜ ਹੈ ਜਿਸ ਦਿਨ ਤੋਂ ਇੱਕ ਜਿਹੜਾ ਕੰਟਰੈਕਟ ਐਗਜ਼ੀਕਿਊਟ ਹੋ ਰਿਹਾ ਉਹ ਇੰਨੇ ਸਾਲ ਇੰਨੇ ਮਹੀਨੇ ਇੰਨੇ ਦਿਨ ਤੁਹਾਡੀ ਏਜ ਲਿਖ ਹੋਏਗੀ ਇਸ ਦਿਸ ਐਸਟੈਬਲਿਸ਼ਮੈਂਟ ਆਪਟਿੰਗ ਫਾਰ ਬੈਨੀਫਿਟਸ ਅੰਡਰ ਨੈਪਸ ਨੈਪਸ ਦੇ ਅੰਦਰ ਜਿਹੜੀ ਹੈ ਸੰਸਥਾ ਬੈਨੀਫਿਟ ਲੈ ਰਹੀ ਹੈ ਤਾਂ ਯੈਸ ਲਿਖਿਆ ਇਫ ਯੈਸ ਐਨੈਕਸਰ 2 ਟੂ ਦਿਸ ਕੰਟਰੈਕਟ ਵਿਲ ਆਲਸੋ ਬੀ ਐਪਲੀਕੇਬਲ ਤਾਂ ਇਸ ਕੰਟਰੈਕਟ ਦੇ ਲਈ ਜਿਹੜਾ ਅਨੁਲਗ ਐਨੈਕਸਰ 2 ਹੈ ਇਸੇ ਪੀਡੀਐਫ ਕਾਪੀ ਦੇ ਵਿੱਚ ਤੁਹਾਨੂੰ ਐਨੈਕਸਰ 2 ਦਿੱਤਾ ਹੈ ਲਾਸਟ ਤੇ ਚੌਥੇ ਪੰਜਵੇਂ ਪੇਜ ਤੇ ਉਹ ਵੀ ਲਾਗੂ ਹੋਏਗਾ ਜੇ ਨੈਪਸ ਦੀ ਜਿਹੜੀ ਬੈਨੀਫਿਟ ਲੈ ਰਹੀ ਹੈ ਸੰਸਥਾ ਇਹ ਕੈਂਡੀਡੇਟਸ ਨਾਲ ਕੋਈ ਜ਼ਿਆਦਾ ਨਹੀਂ ਹੈ ਸੋ ਇੱਥੇ ਅੱਗੇ ਲਿਖਿਆ ਇਸ ਸੰਸਥਾ ਨਾਲ ਹੀ ਹੈ ਕਿ ਨੈਪਸ ਦੀ ਬੈਨੀਫਿਟ ਲੈ ਰਹੀ ਹੈ ਅੱਗੇ ਲਿਖਿਆ ਫॉर ਡੀਬੀਟੀ ਕੇਸਸ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕੇਸਸ ਪਾਰਸ਼ੀਅਲ ਸਟਾਈਪੈਂਡ سپورਟ ਬਾਏ ਦਾ ਗਵਰਨਮੈਂਟ ਆਫ ਇੰਡੀਆ ਅੰਡਰ ਨੈਪਸ ਵਿਲ ਬੀ ਲਿਮਿਟਡ ਟੂ 25% ਆਫ ਦਾ ਸਟਾਈਪੈਂਡ ਪੇਡ ਕਿ ਪਾਰਸ਼ੀਅਲ ਸਟਾਈਫਨ ਜਿਹੜਾ ਕੁਝ ਅੰਸ਼ਿਕ ਰੂਪ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਨੈਪਸ ਸਕੀਮ ਦੇ ਅੰਡਰ ਜਿਹੜਾ ਸਟਾਈਫਨ ਤੁਹਾਨੂੰ ਦਿੱਤਾ ਜਾਂਦਾ ਉਹ 25% ਤੋਂ ਜ਼ਿਆਦਾ ਨਹੀਂ ਹੋਏਗਾ ਜਿਹੜਾ ਸਟਾਈਫਨ ਪੇਡ ਜਿੰਨਾ ਸਟਾਈਫਨ ਤੁਹਾਨੂੰ ਪੱਤਾ ਦਿੱਤਾ ਹੈ ਨਾ ਉਹ ਤੋਂ 25% ਉਹਦਾ ਜਿਹੜਾ ਭਾਰਤ ਸਰਕਾਰ ਵੱਲੋਂ ਦਿੱਤਾ ਹੈਗਾ ਅਪ ਟੂ ਅ ਮੈਕਸਿਮਮ ਆਫ ਰੁਪੀਸ 51500 ਪਰ ਮੰਥ ਪਰ ਅਪਰੈਂਟਿਸ ਕਿ ਪ੍ਰਤੀ ਜਿਹੜਾ ਅਪਰੈਂਟਿਸ ਪ੍ਰਤੀ ਕੈਂਡੀਡੇਟ ਹੈ 1500 ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਨਹੀਂ ਦਿੱਤਾ ਜਾਏਗਾ ਮੈਕਸਿਮਮ 1500 ਰੁਪਏ ਇਹਦੇ ਚ ਐਡ ਹੋਏਗਾ ਡਿਊਰਿੰਗ ਦਾ ਅਪਰੈਂਟਸ਼ਿਪ ਟ੍ਰੇਨਿੰਗ ਪੀਰੀਅਡ ਅਪਰੈਂਟਸ਼ਿਪ ਟ੍ਰੇਨਿੰਗ ਪੀਰੀਅਡ ਦੇ ਦੌਰਾਨ ਫਾਰ ਨਾਨ ਡੀਵੀਟੀ ਕੇਸਸ ਜਿਹੜੇ ਨਾਨ ਡੀਵੀਟੀ ਕੇਸਸ ਨੇ ਡਾਇਰੈਕਟ ਬੈਨੀਫਿਟ ਟਰਾਂਸਫਰ ਵਾਲੇ ਨਹੀਂ ਹੈਗੇ ਉਹਨਾਂ ਨੂੰ ਫੁੱਲ ਸਟਾਈਫੰਡ ਜਿਹੜਾ ਹੈ ਉਹ EMPLOYER ਦੇ ਵੱਲੋਂ ਜਿੱਥੇ ਉਹ ਟ੍ਰੇਨਿੰਗ ਆਪਣੀ ਅਪਰੈਂਟਸ਼ਿਪ ਲਗਵਾ ਰਿਹਾ ਉਹ ਦਿੱਤਾ ਜਾਏਗਾ ਕਿ 14ਵੇਂ ਪੁਆਇੰਟ ਦੇ ਵਿੱਚ ਮੰਥਲੀ ਸਟਾਈਫਨ ਅਮਾਉਂਟ ਮੰਥਲੀ ਸਟਾਈਫਨ ਦਾ ਕਿੰਨਾ ਮਹੀਨਾਵਾਰ ਭੱਤੇ ਦਾ ਕਿੰਨਾ ਅਮ ਉਹ ਇੱਥੇ ਡਿਟੇਲਸ ਆ ਜਿਹੜੀ ਬ੍ਰੇਕਅਪ ਉਹਦਾ ਦਿੱਤਾ ਹੈ ইয়ার ਆਫ ট্রেনিং ফার্স্ট ইয়ার ਦੇ ਵਿੱਚ ਟੋਟਲ ਸਟਾਈਫਨ ਅਮਾਉਂਟ ਹੈ ₹7700 ਉਸ ਤੋਂ ਬਾਅਦ ਬ੍ਰੇਕਅਪ ਆਫ ਟੋਟਲ ਸਟਾਈਫਨ ਅਮਾਉਂਟ EMPLOYEES ਸ਼ੇਅਰ 7700 ਹੋਏਗਾ ਔਰ ਗਵਰਨਮੈਂਟ ਆਫ ਇੰਡੀਆ ਸ਼ੇਅਰ ਆਊਟ ਆਫ ਕਾਲਮ 2 25% ਜਿਹੜਾ ਉੱਪਰ ਆਪਾਂ ਡਿਟੇਲ ਪੜ੍ਹੀ ਹੈ ਕਿ 1500 ਬੱਦ ਤੋਂ ਤਾਂ ਇੱਥੇ ਜ਼ੀਰੋ ਲਿਖਿਆ ਹੈ ਔਰ ਇਹਦੀ ਡਿਟੇਲ ਆ ਜਿਹੜੀ ਨੀਚੇ ਲਿਖੀ ਹੈ ਦ ਐਸਟੈਬਲਿਸ਼ਮੈਂਟ ਐਗਰੀਜ਼ ਐਂਡ ਅੰਡਰਸਟੈਂਡਸ ਦੈਟ ਦ ਮਿਨਿਮਮ Monthly stipend amount is prescribed in the Rule 11, one of apprenticeship Rule and is with The establishment confirms that the agreed monthly stipend amount entered above must be higher than these minimum rates. If the minimum rates are modified through legislation, either through modification of rules or through modifications of minimum wages payable during the course of apprenticeship, these revised rates will be. ਵਿਲ ਅਪਲਾਈ ਐਸ ਦਾ ਮਿਨੀਮਮ ਪੇਏਬਲ ਟੂ ਅਪ੍ਰੈਂਟਿਸ ਮੀਨਸ ਕਿ ਰੂਲ ਦੇ ਵਿੱਚ ਜਿੰਨਾ ਲਿਖਿਆ ਉਹਨਾਂ ਇਸ ਟਾਈਮ ਤੇ ਦੇ ਰਹੇ ਆ ਜੇ ਫਿਰ ਵੀ ਕਦੀ ਰਿਵਾਈਜ਼ ਕੀਤਾ ਜਾਂਦਾ ਹੈ ਤਾਂ ਉਹ ਰਿਵੀਜ਼ਨ ਦੇ ਮੁਤਾਬਕ ਜਾਂ ਕਾਨੂੰਨ ਦੇ ਦੁਆਰਾ ਜਾਂ ਇਸ ਐਕਟ ਦੇ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਤਾਂ ਮਿਨੀਮਮ ਜਿੰਨਾ ਪੇਏਬਲ ਹੋਏਗਾ ਅਪ੍ਰੈਂਟਿਸ ਨੂੰ ਉਹਨਾਂ ਮਿਲਣ ਯੋਗ ਹੋਏਗਾ ਪੱਤਾ ਹੈ ਜਿਹੜਾ 15ਵਾਂ ਪੁਆਇੰਟ ਦੇ ਵਿੱਚ ਹੈ ਨੇਮ ਐਂਡ ਐਡਰੈਸ ਆਫ ਗਾਰਡੀਅਨ ਇਨ ਕੇਸ ਆਫ ਅਪ੍ਰੈਂਟਿਸ ਅੰਡਰ 18 ਇਅਰਸ ਆਫ ਏਜ ਮਾਈਨਰ ਜੇ ਜਿਹੜਾ ਐਪਲੀਕੈਂਟ ਹੈ ਕੈਂਡੀਡੇਟ ਹੈ ਮਾਈਨਰ ਹੈ ਤਾਂ ਉਹਦੇ ਗਾਰਡੀਅਨ ਦੀ ਡਿਟੇਲ ਹੈ ਜਿਹੜੀ ਉਹ ਇੱਥੇ ਦਿੱਤੀ ਜਾਣੀ ਹੈ ਉਹ ਇੱਥੇ ਨਾਟ ਐਪਲੀਕੇਬਲ ਹੈ ਬਿਕਾਜ਼ ਇਹ ਕੈਂਡੀਡੇਟ ਹੈ ਜਿਹੜਾ ਉਹ ਨਹੀਂ ਹੈ ਮਾਈਨਰ 18 ਸਾਲ ਤੋਂ ਉੱਪਰ ਦੀ ਉਮਰ ਦਾ ਹੈ ਉਸ ਤੋਂ ਬਾਅਦ 20 ਪੁਆਇੰਟ ਆ ਰਿਲੇਸ਼ਨਸ਼ਿਪ ਆ ਜਾਏਗਾ ਕਿ ਅਪ੍ਰੈਂਟਿਸ ਦੇ ਨਾਲ ਕੀ ਰਿਲੇਸ਼ਨ ਹੈ ਕੀ ਲੱਗਦੇ ਆ ਉਹ ਜਿਹੜੇ ਗਾਰਡੀਅਨ ਹੈ ਅਪ੍ਰੈਂਟਿਸ ਦੇ 16ਵਾਂ ਪੁਆਇੰਟ ਹੈ ਵੈਦਰ ਅਪ੍ਰੈਂਟਿਸ ਵਾਸ ਆਇਡੈਂਟੀਫਾਈਡ ਥਰੂ ਅਪਰੂਵਡ ਥਰਡ ਪਾਰਟੀ ਐਗਰੀਗੇਟਰ ਇੱਥੇ ਨੋ ਲਿਖਿਆ ਹੈ ਨੇਮ ਆਫ ਜੇ ਆਇਡੈਂਟੀਫਾਈ ਕੀਤਾ ਗਿਆ ਥਰਡ ਪਾਰਟੀ ਐਗਰੀਗੇਟਰ ਦੁਆਰਾ ਤਾਂ ਉਹਨਾਂ ਦਾ ਨਾਮ ਆ ਜਾਏਗਾ ਇਹ ਤੁਹਾਡੇ ਲਈ ਜ਼ਿਆਦਾ ਨਹੀਂ ਹੈ ਉਹ ਆਪਣੇ ਆਪ ਜਿਹੜੀ ਪ੍ਰਿੰਟਡ ਹੈਗੀ ਹੈ ਸਾਰਾ ਕੰਟਰੈਕਟ ਉਹ ਹੈਗਾ ਤੁਹਾਡੇ ਤੇ ਜਿਹੜੀਆਂ ਲਾਗੂ ਨੇ ਤੁਹਾਡੀ ਡਿਟੇਲਸ ਨੇ ਉਹ ਤੁਹਾਨੂੰ ਤੁਸੀਂ ਪੜ੍ਹ ਲੈਣੀਆਂ ਨੋਟ ਕਰ ਲੈਣੀਆਂ 17ਵਾਂ ਪੁਆਇੰਟ ਇਹਦੇ ਵਿੱਚ ਹੈਗਾ ਕਿ ਵੀ ਦਾ ਸਟੈਬਲਿਸ਼ਮੈਂਟ ਅਪਰੈਂਟਿਸ ਗਾਰਡੀਅਨ ਸੋਲਨਮਨਲੀ ਡਿਕਲੇਅਰ ਥੈਟ ਵੀ ਹੈਵ ਰੈਡ ਦਾ ਅਪਰੈਂਟਿਸ ਐਕਟ 1961 ਐਂਡ ਦਾ ਅਪਰੈਂਟਸ਼ਿਪ ਰੂਲਸ 1992 as amended from time to time regarding the contract of apprenticeship training including applications and terms and conditions contained in schedule fifth and sixth of the said rules and will comply with the same ke sanstha de valo aur apprentice jehdi training laga re candidate ohna valo jo ohna de guardian valo oh declare kar re hai ke assi apprenticeship act 1966 hai jehda te apprenticeship rule 1992 ho, ho. ਜਿਹੜਾ ਸਮੇਂ-ਸਮੇਂ ਤੇ ਸੋਧ ਵੀ ਕੀਤੀ ਗਈ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਪੜ ਲੀਆਂ ਨੇ ਕਾਨੂੰਨ ਜਿਹੜਾ ਹੈ ਅਪ੍ਰੈਂਟਿਸਿਪ ਦੇ ਬਾਰੇ ਉਹ ਪੜਿਆ ਗਿਆ ਸਾਡੇ ਦੁਆਰਾ ਤੇ ਉਹਦੇ ਜਿਹੜੇ ਕੰਟਰੈਕਟ ਹੈ ਅਪ੍ਰੈਂਟਿਸਿਪ ਟ੍ਰੇਨਿੰਗ ਦੇ ਕੰਟਰੈਕਟ ਦੇ ਵਿੱਚ ਜੋ ਆਬਲੀਗੇਸ਼ਨਸ ਨੇ ਉਹਦੀਆਂ ਸ਼ਰਤਾਂ ਨੇ ਨਿਯਮ ਨੇ ਸ਼ੈਡਿਊਲ 5 ਤੇ 6 ਦੇ ਵਿੱਚ ਲਿਕੇ ਗਏ ਨੇ ਉਹ ਵੀ ਅਸੀਂ ਜਿਹੜੇ ਪੜ ਲਏ ਨੇ ਤਾਂ ਉਹਨਾਂ ਨੂੰ ਮੰਨਾਂਗੇ ਅਸੀਂ ਉਹ ਸਾਡੇ ਤੇ ਲਾਗੂ ਹੋਣਗੇ 18ਵਾਂ ਪੁਆਇੰਟ ਹੈ iida apprentice uh, declare that all the details shared by me including educational qualifications and other personal information shared is correct and will provide original documents for verification at any time ke jo main apni particulars uh, submit karwaye ne jo ja main apne declare kite ne oh bilkul personal jehde information hai share kiti hai sahi hai bilkul te original document bhi ਪਰਵਾਇਡ ਕਰਾਂਗਾ ਇਨ ਫਿਊਚਰ ਵੀ ਜੇ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਤਰ੍ਹਾਂ ਦੀ ਵੈਰੀਫਿਕੇਸ਼ਨ ਦੇ ਲਈ 19ਵਾਂ ਪੁਆਇੰਟ ਹੈ ਵੀ ਦਾ ਸਟੈਬਲਿਸ਼ਮੈਂਟ ਹੈਵ ਐਗਜ਼ਾਮਿੰਡ ਦਾ ਅਪ੍ਰੈਂਟਸ ਇਨਫੋਰਮੇਸ਼ਨ ਇਨਕਲੂਡਿੰਗ ਪਰਸਨਲ ਡੇਟਸ ਐਂਡ ਵਿਲ ਸੀਕ ਰੈਲੇਵੈਂਟ ਡਾਕੂਮੈਂਟੇਸ਼ਨ ਫਾਰ ਵੈਰੀਫਿਕੇਸ਼ਨ ਐਸ ਐਂਡ ਵੈਨ ਰਿਕਵਾਇਰਡ ਕੇ ਤੁਹਾਡੀ ਸੰਸਥਾ ਜਿੱਥੇ ਦਫ਼ਤਰ ਦੇ ਵਿੱਚ ਤੁਸੀਂ ਟ੍ਰੇਨਿੰਗ ਲਗਵਾ ਰਹੇ ਹੋ ਸਟੈਬਲਿਸ਼ਮੈਂਟ ਦੇ ਵਿੱਚ ਜਿਹੜੀ ਦੇ ਵਿੱਚ ਤੁਸੀਂ ਅਪ੍ਰੈਂਟਸਸ਼ਿਪ ਲਗਵਾ ਰਹੇ ਹੋ ਉਹਨਾਂ ਵੱਲੋਂ ਡਿclare ਕੀਤਾ ਗਿਆ ਹੈ ਪੁਆਇੰਟ ਕੇ ਅਸੀਂ ਅਪ੍ਰੈਂਟਸਸ਼ਿਪ ਐਪ੍ਰੈਂਟਿਸ ਦੇ ਜਿਹੜੀ ਇਨਫਾਰਮੇਸ਼ਨ ਹੈ ਪਰਸਨਲ ਡਿਟੇਲਸ ਵਗੈਰਾ ਉਹ ਸਾਰੀਆਂ ਚੈੱਕ ਕਰ ਲਈਆਂ ਨੇ ਔਰ ਵੈਰੀਫਿਕੇਸ਼ਨ ਲਈ ਜਦੋਂ ਮੰਗਾਗੇ ਉਸੀ ਉਹ ਮੰਗ ਸਕਦੇ ਆ ਤੇ ਉਹ ਕੈਂਡੀਡੇਟ ਦੇਣੀਆਂ ਹੋਣੀਆਂ ਕੈਂਡੀਡੇਟ ਨੂੰ ਬੀਮਾ ਪੁਆਇੰਟ ਇਨ ਕੇਸ ਆਫ ਡਿਫਾਲਟ ਬਾਏ ਆਈਦਰ ਦਾ ਐਪ੍ਰੈਂਟਿਸ ਔਰ ਦਾ EMPLOYER ਜੇ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਐਪ੍ਰੈਂਟਸ ਦੇ ਵੱਲੋਂ ਜਾਂ EMPLOYER ਦੇ ਵੱਲੋਂ ਜਿਹੜਾ ਐਗਰੀ ਨਹੀਂ ਕਰਦੇ ਕਿਸੇ ਵੀ ਟਾਈਮ ਦੇ ਉੱਪਰ ਵੀ ਐਗਰੀ ਟੂ ਕੰਪਨਸੇਟ ਦਾ ਅਦਰ ਪਾਰਟੀ ਐਸ ਪਰ ਦਾ ਪ੍ਰੋਵੀਜ਼ਨਸ ਆਫ ਦਾ ਐਪ੍ਰੈਂਟਸਿਪ ਰੂਲਸ ਜੇ ਅਸੀਂ ਭੰਗ ਕਰਦੇ ਆ ਕੰਟਰੈਕਟ ਦੇ ਸ਼ਰਤਾਂ ਦੇ ਅਨੁਸਾਰ ਨਹੀਂ ਚੱਲਦੇ ਟ੍ਰੇਨਿੰਗ ਪੂਰੀ ਨਹੀਂ ਕਰਦੇ ਤਾਂ ਸੰਸਥਾ ਜੇ ਸੰਸਥਾ ਫਾਲਟੀ ਹੋਊਗੀ ਜਾਂ ਫਿਰ ਜੇ ਕੈਂਡੀਡੇਟ ਫਾਲਟੀ ਹੋਊਗਾ ਅਪ੍ਰੈਂਟਿਸ ਫਾਲਟੀ ਹੋਊਗਾ ਤਾਂ ਉਹਨਾਂ ਵੱਲੋਂ ਜਿਹੜੀ ਥਰਡ ਪਾਰਟੀ ਦੇ ਲਈ ਕੰਪਨਸੇਸ਼ਨ ਹੈ ਉਹ ਹੈ ਜਿਹੜੀ ਪੂਰੀ ਕੀਤੀ ਜਾਏਗੀ ਦਿੱਤੀ ਜਾਏਗੀ ਮੇਨ ਪ੍ਰੋਵੀਜ਼ਨਸ ਆਫ ਦਾ ਰੂਲਸ ਮੇ ਬੀ ਸੀਨ ਇਨ ਦਾ ਨੈਕਸਚਰ 1 ਅਗੇਨ ਨੈਕਸਚਰ 1 ਹੈ ਉਹ ਵੀ ਤੁਹਾਨੂੰ ਦੱਸਾਂਗੇ ਕੀ ਹੈ ਅਪ੍ਰੈਂਟਸ ਰੂਲ 1992 ਦਾ ਅਨੁਲਗ 1 ਹੈ ਜਿਹੜਾ ਨੈਕਸਚਰ 1 ਉਹਦੇ ਵਿੱਚ ਤੁਸੀਂ ਮੇਨ ਪ੍ਰੋਵੀਜ਼ਨਸ ਪੜ੍ਹ ਲੈਣੀ ਹੈ ਕਿ ਕੀ ਹੋ ਸਕਦਾ ਇਕਿਮਾ ਪੁਆਇੰਟ ਦਾ ਐਸਟੈਬਲਿਸ਼ਮੈਂਟ ਅਪਰੈਂਟਿਸ ਗਾਰਡੀਅਨ ਹੈਰ ਵਾਈ ਆਲਸੋ ਡਿਕਲੇਅਰਸ ਟੂ ਕੰਪਲਾਈ ਵਿਦ ਦਾ ਟਰਮ ਐਂਡ ਕੰਡੀਸ਼ਨਸ ਆਫ ਨੈਸ਼ਨਲ ਅਪਰੈਂਟਸਿਪ ਪ੍ਰੋਗਰਾਮ ਸਕੀਮ ਇਫ ਐਪਲੀਕੇਬਲ ਜੇ ਕੋ ਲਾਗੂ ਹੁੰਦਾ ਤਾਂ ਜਿਹੜੀ ਸੰਸਥਾ ਜਿੱਥੇ ਤੁਸੀਂ ਟ੍ਰੇਨਿੰਗ ਲਗਾ ਰਹੇ ਹੋ ਅਪਰੈਂਟਿਸ ਜਿਹੜਾ ਕੈਂਡੀਡੇਟ ਟ੍ਰੇਨਿੰਗ ਲਗਾਉਣ ਲਈ ਜਾ ਰਿਹਾ ਤੇ ਉਹਨਾਂ ਦੇ ਗਾਰਡੀਅਨ ਉਹੋ ਜਿਹੜੇ ਡਿਕਲੇਅਰ ਕਰਦੇ ਨੇ ਕਿ ਜਿਹੜੀਆਂ ਸ਼ਰਤਾਂ ਨੇ ਨਿਯਮ ਨੇ ਨੈਸ਼ਨਲ ਅਪਰੈਂਟਸਿਪ ਪ੍ਰੋਮੋਸ਼ਨ ਸਕੀਮ ਨੈਪਸ ਦੀਆਂ ਉਹ ਜੇ ਉਹਨਾਂ ਤੇ ਲੱਗ ਹੁੰਦੀਆਂ ਉਹ ਵੀ ਮੰਨਣਯੋਗ ਹੋਣਗੇ ਉਹ ਉਹ ਸ਼ਰਤਾਂ ਵੀ ਉਹ ਮੰਨਣਗੇ ਉਹਨਾਂ ਨਾਲ ਸਹਿਮਤ ਹੋਣਗੇ ਸੋ ਲਾਸਟ ਤੇ ਤੁਹਾਨੂੰ ਨੀਚੇ ਇਸ ਤਰ੍ਹਾਂ ਦੇ ਤਿੰਨ ਜਿਹੜੀਆਂ ਆਪਸ਼ਨਸ ਮਿਲਣੀਆਂ ਸਿਗਨੇਚਰ ਆਫ ਦਾ EMPLOYER ਵਿਦ ਸੀਲ ਤੁਹਾਡੀ EMPLOYER ਦੀ ਸਟੈਂਪ ਲੱਗੀ ਹੋਏਗੀ ਤੇ ਸਾਈਨ ਹੋਣਗੇ ਤੁਹਾਡੇ ਇੱਥੇ ਦਫ਼ਤਰ ਜਿੱਥੇ ਤੁਸੀਂ ਟ੍ਰੇਨਿੰਗ ਲਗਵਾ ਰਹੇ ਹੋ ਉਹਨਾਂ ਦੇ ਅਫੀਸਰ ਸਾਹਿਬਾਨ ਦੇ ਸਿਗਨੇਚਰ ਆਫ ਅ ਪ੍ਰੈਪੈਂਟਿਸ ਇੱਥੇ ਤੁਹਾਡੇ ਕੈਂਡੀਡੇਟ ਦੇ ਸਾਈਨ ਹੋਣਗੇ ਸਿਗਨੇਚਰ ਆਫ ਗਾਰਡੀਅਨ ਇੱਥੇ ਗਾਰਡੀਅਨ ਦੇ ਸਾਈਨ ਨੇ ਜਿਹੜੇ ਉਹ ਹੋਣੇ ਨੇ ਜਾਂ ਤੁਹਾਡੇ ਫਾਦਰ ਸਾਹਿਬ ਦੇ ਸਾਈਨ ਤੁਸੀਂ ਕਰਵਾ ਸਕਦੇ ਹੋ ਤੇ ਇਹ ਸਾਈਨ ਕਰਵਾ ਕੇ ਤੁਸੀਂ ਸਬਮਿਟ ਕਰਵਾ ਦੇਣਾ ਹੈ ਇਹ ਫਾਰਮ ਨੂੰ ਪੂਰਾ ਅਗਲਾ ਜਿਹੜਾ ਪੇਜ ਤੁਹਾਨੂੰ ਮਿਲੇਗਾ ਫॉर ਆਫਿਸ ਯੂਜ਼ ਓਨਲੀ ਇਹਦੇ ਤੇ ਤੁਸੀਂ ਕੁਝ ਨਹੀਂ ਕਰਨਾ ਇਹ ਸਿਰਫ ਦਫਤਰੀ ਵਰਤੋਂ ਦੇ ਲਈ ਹੈ ਇੱਥੇ ਤੁਹਾਡਾ ਕੰਟਰੈਕਟਰ ਰਜਿਸਟ੍ਰੇਸ਼ਨ ਨੰਬਰ ਹੈ ਜਿਹੜਾ ਉਹ ਮੈਂਸ਼ਨ ਹੋਏਗਾ ਉਸ ਤੋਂ ਬਾਅਦ ਸਿਗਨੇਚਰ ਆਫ ਰਜਿਸਟਰਿੰਗ ਅਥਾਰਟੀ ਇੱਥੇ ਜਿਹੜਾ ਤੁਹਾਡੇ ਰਜਿਸਟ੍ਰੇਸ਼ਨ ਕਰਨੀ ਹੈ ਅਪਰੈਂਟਸ਼ਿਪ ਐਡਵਾਈਜ਼ਰ ਹੋਣਗੇ ਉਹ ਦਫ਼ਤਰ ਦੇ ਵਿੱਚੋਂ ਆਪਣੇ ਆਪ ਜਿਹੜੇ ਸਾਈਨ ਉਹ ਕਰ ਦੇਣੇ ਉਹਨਾਂ ਨੇ ਇੱਥੇ ਤੁਸੀਂ ਅਗਲੇ ਪੇਜ ਤੇ ਕੁਝ ਨਹੀਂ ਕਰਨਾ ਅਗਲਾ ਜਿਹੜਾ ਹੈ ਅਨੈਕਸਰ 1 ਜਿਹੜਾ ਆਪਾਂ ਪਿੱਛੇ ਪੜਿਆ ਅਪਰੈਂਟਸ਼ਿਪ ਰੂਲ ਉਨੀ ਸਬੰਧ ਮੇਦੇ ਵਿੱਚ ਅਨੈਕਸਰ 1 ਕਿ EMPLOYEER ਜਾਂ ESTABLISHMENT ਜਿਹੜੇ ਜਿੱਥੇ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਜਾਂ ਕੈਂਡੀਡੇਟ ਜਾਂ ਉਹਨਾਂ ਦੇ ਜਿਹੜੇ ਗਾਰਡੀਅਨ ਨੇ ਉਹ ਜਿਹੜੀਆਂ ਸ਼ਰਤਾਂ ਨੇ ਨਿਯਮ ਨੇ ਮੰਨਣਯੋਗ ਹੋਣੀਆਂ ਉਹਨਾਂ ਨੂੰ ਉਹ ਮੰਨਣਗੇ ਉਹਦਾ ਅਨੈਕਸਰ 1 ਇੱਥੇ ਦਿੱਤਾ ਹੈ ਜਿਹੜਾ ਕਿ ਮੇਨ ਮੇਨ ਪ੍ਰੋਵੀਜ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਮੇਨ ਮੇਨ ਪੁਆਇੰਟ ਹੈ ਦੋ ਤਿੰਨ ਉਹ ਦਿੱਤੇ ਬਾਕੀ ਡਿਟੇਲ ਤੁਸੀਂ ਜਿਹੜੇ ਰੂਲ ਨੇ 1992 ਦੇ ਅਪ੍ਰੈਂਟਿਸਿਪ ਰੂਲਸ ਉਹ ਪੜ ਸਕਦੇ ਹੋ ਸੋ ਫਰਸਟ ਪੁਆਇੰਟ ਇਹਦੇ ਚ ਹੈ ਕੰਟ੍ਰੈਕਟ ਆਫ ਅਪ੍ਰੈਂਟਿਸਿਪ ਦੇ ਬਾਰੇ ਦਾ ਸਟਾਈਫੰਡ ਆਫ ਅ ਪਰਟੀਕੂਲਰ ਮੰਥ ਸ਼ੈਲ ਬੀ ਪੇਡ ਬਾਏ ਦਾ 10th ਡੇ ਆਫ ਦਾ ਫਾਲੋਇੰਗ ਮੰਥ ਕਿ ਕਿਸੇ ਵੀ ਮਹੀਨੇ ਦਾ ਜਿਹੜਾ ਸਟਾਈਫਨ ਹੈ ਪੱਤਾ ਉਹ ਅਗਲੇ ਮਹੀਨੇ ਦੀ 10 ਤਰੀਕ ਤੱਕ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਹਰ ਮਹੀਨੇ ਦਾ ਪੱਤਾ ਜਿਹੜਾ 10 ਤਰੀਕ ਤੱਕ ਤੁਹਾਨੂੰ ਪੇ ਕੀਤਾ ਜਾਏਗਾ ਸਪੋਜ਼ ਕਰੋ ਹੁਣ ਸਤੰਬਰ ਦਾ ਮੰਥ ਪੂਰਾ ਹੋਇਆ ਤੁਹਾਡਾ اکتوبر دے 10 تاریخ تک ਤੁہانوں ਤੁਹਾਡਾ پتہ اےڑا ਤੁਹਾਡੇ اکاؤنٹ تے آ جائے گا۔ نو ਡਿਡੈਕਸ਼ਨ ਸ਼ੈਲ ਬੀ ਮੇਡ ਫ্রম ਦਾ ਸਟਾਈਫੰਡ ਫਾਰ ਦਾ ਪੀਰੀਅਡ ਡਿਊਰਿੰਗ ਵਿੱਚ ਐਨ ਅਪਰੈਂਟਸ ਰਿਮੇਨਸ ਔਨ ਕੈਜ਼ੂਅਲ ਲੀਵ অর ਅ ਮੈਡੀਕਲ ਲੀਵ। ਜੇਕਰ ਕੈਂਡੀਡੇਟ ਕੈਜ਼ੂਅਲ ਲੀਵ تے ਰਹਿੰਦਾ اچਨ ਚੇਤਿ ਸ਼ੁਕਤੀ تے ਰਹਿੰਦਾ ਜਾਂ ਕਿਸੇ بیماری ਕਰਕੇ ਮੈਡੀਕਲ ਪ੍ਰੋਬਲਮ ਹੋਣ ਕਰਕੇ ਮੈਡੀਕਲ ਲੀਵ تے ਰਹਿੰਦਾ ਤਾਂ انہاں دا کوئی ਡਿਡੈਕਸ਼ਨ اے ਜਿਹੜੀ انہاں ਦਾ ਕੋਈ ਜੇੜੀ ਪੱਤੇ ਦੇ ਵਿੱਚ ਕੱਟਵਾਡਾ ਨਹੀਂ ਕੀਤੀ ਜਾਏਗੀ ਪੂਰਾ ਪੱਤਾ ਦਿੱਤਾ ਜਾਏਗਾ ਸਟਾਈਫਨ ਸ਼ਲ ਹਾਊਏਵਰ ਨਾਟ ਬੀ ਪੇਡ ਫਾਰ ਦਾ ਪੀਰੀਅਡ ਫਾਰ ਵਿਚ ਐਨ ਅਪਰੈਂਟਸ ਮੀ ਰਿਮੇਨਸ ਐਨ ਔਨ ਐਕਸਟਰਾਔਡਨਰੀ ਲੀਵ ਜੇ ਐਕਸਟਰਾਔਡਨਰੀ ਲੀਵ ਦੇ ਉੱਪਰ ਰਹਿੰਦੇ ਆ ਜਿਹੜੇ ਸਿਕਯਾਰਟੀ ਹੈ ਕੈਂਡੀਡੇਟ ਹੈ ਤਾਂ ਉਹਨਾਂ ਦਾ ਸਟਾਈਫਨ ਜਿਹੜਾ ਜ਼ਰੂਰ ਕੱਟਿਆ ਜਾਏਗਾ ਉਦੋਂ ਪੱਤਾ ਨਹੀਂ ਪੇ ਕੀਤਾ ਜਾਏਗਾ ਜੇ ਜਿਆਦਾ ਲੰਬੀ ਛੁੱਟੀ ਤੇ ਬਿਨਾ ਤਨਖਾਹ ਤੋਂ ਜਾਂ ਬਿਨਾ ਪੱਤੇ ਵਾਲੀ ਛੁੱਟੀ ਨੂੰ ਆਪਾਂ ਬੋਲਦੇ ਆ ਐਕਸਟਰਾਔਡਨਰੀ ਲੀਵ the uh, second point is where the contract of apprenticeship is terminated through failure on the part of the employer in carrying out the terms and conditions of the contract he shall pay to the apprentice compensation as determined by the principal advisor ke je tvaadi sanstha jithe employer hai jehde tvaade jehde daftar de vich tusi training apprenticeship lagwa rahe ho je onna valo contract hai jehda follow nahi kita janda aur uh, onu terminate kita janda hai ਕੀ ਸੇਵੀ ਕਰਨ ਕਰਕੇ ਤਾਂ ਜਿਹੜੇ ਅਪਰੈਂਟਸਿਪ ਰੂਲ 1992 ਦੇ ਤਹਿਤ ਕੰਟਰੈਕਟ ਦੀਆਂ ਨਿਯਮ ਤੇ ਸ਼ਰਤਾਂ ਨੇ ਉਹਨਾਂ ਦੇ ਤਹਿਤ ਅਪਰੈਂਟਸਿਪ ਕੰਪਨਸੇਸ਼ਨ ਹੈ ਜਿਹੜੀ ਤੁਹਾਨੂੰ ਉਹ ਦਿੱਤੀ ਜਾਏਗੀ ਅਪਰੈਂਟਿਸ ਕੰਪਨਸੇਸ਼ਨ ਮੁਆਵਜ਼ਾ ਤੁਹਾਨੂੰ ਮਿਲੇਗਾ ਅਪਰੈਂਟਸਿਪ ਐਡਵਾਈਜ਼ਰ ਦੁਆਰਾ ਜਿੰਨਾ ਨਿਰਧਾਰਤ ਕੀਤਾ ਜਾਏਗਾ 3rd ਪੁਆਇੰਟ ਇਨ ਦਾ ਇਵੈਂਟ ਆਫ ਪ੍ਰੀਮੇਚਰ ਟਰਮੀਨੇਸ਼ਨ ਆਫ ਕੰਟਰੈਕਟ ਆਫ ਅਪਰੈਂਟਸਿਪ ਫਾਰ ਫੇਲਿਅਰ ਔਨ ਦਾ ਪਾਰਟ ਆਫ ਅਪਰੈਂਟਿਸ ਟੂ ਕੈਰੀ ਆਊਟ ਦਾ ਟਰਮਿੰਟ ਕੰਡੀਸ਼ਨਸ ਔਨ ਦਾ ਕੰਟਰੈਕਟ ਜੇ ਅਪ੍ਰੈਂਟਿਸ ਜਿਹੜੇ ਕੈਂਡੀਡੇਟ ਹੈ ਉਹ ਕਿਸੇ ਕਾਰਨ ਕਰਕੇ ਟਰਮ ਐਂਡ ਕੰਡੀਸ਼ਨਸ ਫਾਲੋ ਨਹੀਂ ਕਰਦੇ ਟਰਮੀਨੇਸ਼ਨ ਕਰਦੇ ਹੈ ਕੰਟਰੈਕਟ ਦੀ ਤਾਂ ਕੀ ਹੋਏਗਾ ਅਪ੍ਰੈਂਟਿਸਸ਼ਿਪ ਰੂਲ 1992 ਦੇ ਅਕੋਰਡਿੰਗਲੀ ਦਾ ਅਪ੍ਰੈਂਟਿਸ ਹੇਅਰਬਾਈ ਗਾਰੰਟੀਜ਼ ਟੂ EMPLOYER ਟੂ ਪੇਮੈਂਟ ਆਫ ਸੱਚ ਅਮਾਉਂਟ ਰਿਮਾਈਂਡ ਬਾਏ ਦਾ ਪ੍ਰੈਂਸਿਪਲ ਪ੍ਰੋਵਾਈਡਰ ਐਂਡ ਐਸ ਐਂਡ ਟੂਵਰਡਸ ਦਾ ਕਾਸਟ ਆਫ ਟ੍ਰੇਨਿੰਗ ਜਿੰਨਾ ਅਪ੍ਰੈਂਟਸ਼ਿਪ ਐਡਵਾਈਜ਼ਰ ਦੁਆਰਾ ਨਿਰਧਾਰਤ ਕੀਤਾ ਜਾਏਗਾ ਉਹ ਪੇਮੈਂਟ ਐਜ਼ ਇਟ ਇ ਟ੍ਰੇਨਿੰਗ ਦੀ ਕੀਮਤ ਦੀ ਉਹ ਅਪ੍ਰੈਂਟਿਸ ਦੁਆਰਾ ਪੇ ਕੀਤੀ ਜਾਏਗੀ ਜੇ ਅਪ੍ਰੈਂਟਿਸ ਫਾਲਟ ਹੀ ਹੁੰਦਾ ਸੋ ਇਹ ਹੈ ਨੈਕਸਰ 1 ਨੈਕਸਰ 2 ਜਿਹੜਾ ਹੈ ਕੋਵਨੈਂਟਸ ਐਂਡ ਕੰਡੀਸ਼ਨਸ ਸਪੈਸਿਫਿਕ ਟੂ ਐਨ اے ਪੀ ਐਸ ਸਕੀਮ ਜੇ ਐਨ اے ਪੀ ਐਸ ਸਕੀਮ ਜਿਹੜੀ ਲਾਗੂ ਹੁੰਦੀ ਹੈ ਤਾਂ ਪਹਿਲਾ ਪੁਆਇੰਟ ਆ ਫਾਰ ਅਵੇਲਿੰਗ ਬੈਨੀਫਿਟ ਅੰਡਰ ਐਨ اے ਪੀ ਐਸ ਸਕੀਮ ਦਾ ਕੋਰਸ ਅੰਡਰ ਵਿੱਚ ਅਪ੍ਰੈਂਟਿਸਪ੍ਰਿੰਸ ਟ੍ਰੇਨਿੰਗ ਇਸ ਬੀਂਗ ਪ੍ਰੋਵਾਈਡਡ ਸ਼ੁੱਡ ਬੀ ਐਨ ਐਸ ਕਿਊ ਐਫ ਅਲਾਈਨਡ J N A P S ਸਕੀਮ ਦੇ ਅੰਦਰ ਜਿਹੜੀ ਟ੍ਰੇਨਿੰਗ ਹੈ ਬੈਨੀਫਿਟ ਲੈਣਾ ਤਾਂ ਉਹ N S Q F ਸਕੀਮ ਦੇ ਤਹਿਤ ਹੋਣਾ ਚਾਹੀਦਾ ਅਸੈਸਮੈਂਟ ਐਂਡ ਸਰਟੀਫਿਕੇਸ਼ਨ ਸ਼ਲ ਬੀ ਡਨ ਜੁਆਇੰਟਲੀ ਬਾਈ ਐਸਟੈਬਲਿਸ਼ਮੈਂਟ ਆਫ S S C N C V T ਅਦਰ ਬਾਡੀਜ਼ ਐਸ ਨੋਟੀਫਾਈਡ ਫਰੋਮ ਟਾਈਮ ਟੂ ਟਾਈਮ ਅੰਡਰ N A V S ਗਾਈਡਲਾਈਨਸ ਕਿ ਜਿਹੜੀ ਅਸੈਸਮੈਂਟ ਹੈ ਸਰਟੀਫਿਕੇਸ਼ਨ ਹੈ ਕੈਂਡੀਡੇਟ ਦੀ ਉਹ ਵੀ ਜੁਆਇੰਟਲੀ ਇਨ ਸੰਸਥਾਵਾਂ ਦੁਆਰਾ ਕੀਤੀ ਹੋਵੇ ਐਸਟੈਬਲਿਸ਼ਮੈਂਟ ਦੁਆਰਾ ਐਸਐਸਸੀ ਐਨਸੀਬੀਟੀ ਦੁਆਰਾ ਜਾਂ ਹੋਰ ਬਾਡੀਜ਼ ਜਿਹੜੀਆਂ ਟਾਈਮ ਟੂ ਟਾਈਮ ਨੈਪਸ ਦੀਆਂ ਗਾਈਡਲਾਈਨਸ ਤੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਥਰਡ ਪੁਆਇੰਟ ਹੈ ਦਾ ਐਸਟੈਬਲਿਸ਼ਮੈਂਟ ਵਾਰੰਟਸ ਐਂਡ ਕਨਫਰਮਸ ਥੈਟ ਦੇ ਹੈਵ ਸਟੱਡੀਡ ਅੰਡਰਸਟੂਡ ਐਂਡ ਐਗਰੀ ਟੂ ਕੰਪਲਾਈ ਵਿਦ ਦਾ ਗਾਈਡਲਾਈਨਸ ਥੈਟ ਆਰ ਐਪਲੀਕੇਬਲ ਟੂ ਐਸਟੈਬਲਿਸ਼ਮੈਂਟਸ ਥੈਟ ਆਰ ਪਾਰਟ ਆਫ ਦਾ ਨੈਪਸ ਸਕੀਮ ਥੀਸ ਗਾਈਡਲਾਈਨਸ ਆਰ ਪਬਲਿਸ਼ਡ ਐਟ ਦਿਸ ਵੈਬਸਾਈਟ and may be updated from time to time kehde chahe ਕਿ ਜਿਹੜੀ ਸੰਸਥਾ ਹੈ ਜਿੱਥੇ ਤੁਸੀਂ ਟ੍ਰੇਨਿੰਗ ਲਗਾਉਣ ਜਾ ਰਹੇ ਹੋ ਉਹ ਸ਼ਿਉਰ ਕਰਦੀ ਹੈ ਕਨਫਰਮ ਕਰਦੇ ਹੈ ਕਿ ਉਹਨਾਂ ਨੇ ਇਹ ਸਟੱਡੀ ਕਰ ਲਈਆਂ ਟਰਮ ਐਂਡ ਕੰਡੀਸ਼ਨਸ ਗਾਈਡਲਾਈਨਸ ਨੇ ਜਿਹੜੀਆਂ ਸਮਝ ਲਈਆਂ ਨੇ ਤੇ ਸਹਿਮਤ ਨੇ ਉਹਨਾਂ ਤੇ ਲਾਗੂ ਹੁੰਦੀਆਂ ਨੇ ਜਿਹੜੀਆਂ ਨੈਪਸਸ ਸਕੀਮ ਦੀਆਂ ਗਾਈਡਲਾਈਨਸ ਨੇ ਉਹ ਨੈਪਸਸ ਸਕੀਮ ਦੀਆਂ ਗਾਈਡਲਾਈਨਸ ਨੇ ਜਿਹੜੀਆਂ apprenticeshipindia.gov.in ਇਸ ਵੈਬਸਾਈਟ ਦੇ ਉੱਪਰ ਹੈਗੀਆਂ ਪਬਲਿਸ਼ ਕੀਤੀਆਂ ਹੋਈਆਂ ਉੱਥੋਂ ਚੈੱਕ ਕੀਤੀਆਂ ਜਾ ਸਕਦੀਆਂ ਔਰ ਮੇ ਵੀ ਇਹ ਅਪਡੇਟ ਵੀ ਹੋ ਸਕਦੀਆਂ ਟਾਈਮ ਟੂ ਟਾਈਮ ਉਹਨਾਂ ਦੀ ਅਪਡੇਸ਼ਨ ਆਈਡੀ ਉਹ ਦੇਖ ਲੈਣੀ ਹੈ ਸੋ ਇਹ ਹੈ ਮਾਡਲ ਕੰਟਰੈਕਟ ਦੇ ਬਾਰੇ ਮਾਡਲ ਕੰਟਰੈਕਟ ਕੀ ਹੈ ਇਹ ਜਾਣਕਾਰੀ ਤੁਹਾਨੂੰ ਪੂਰੀ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜਰੂਰ ਕਰੋ ਤਾਂ ਕਿ ਸਾਰੇ ਕੈਂਡੀਡੇਟਸ ਨੂੰ ਇਹ ਮਾਡਲ ਕੰਟਰੈਕਟ ਜਿਹੜਾ ਹੈ ਉਹ ਸਮਝ ਆਵੇ ਔਰ ਕੀ ਲਿਖਿਆ ਹੈ ਕੀ ਇਹਦੀਆਂ ਸ਼ਰਤਾਂ ਨੇ ਉਹ ਪਤਾ ਲੱਗਣ ਸੋ ਸਮੂਹ ਉਮੀਦਵਾਰ ਜਿਹੜੇ ਜੁਆਇਨ ਕਰਨ ਜਾ ਰਹੇ 25 ਸਤੰਬਰ 23 ਨੂੰ ਸਾਰਿਆਂ ਨੂੰ ਸਟੱਡੀਸ਼ਿਪ YouTube ਦੇ ਵੱਲ ਚੈਨਲ ਦੇ ਵੱਲੋਂ ਮੁਬਾਰਕਾਂ ਅਸ਼ੇਭ ਕਾਮਨਾਵਾਂ ਤੁਹਾਡੇ ਬ੍ਰਾਈਟ ਫਿਚਰ ਦੇ ਲਈ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਗੁੱਡ ਲੱਕ ਫਾਰ ਯੂਅਰ ਬ੍ਰਾਈਟ ਫਿਚਰ